ਅੱਜ ਦੇ ਦੌਰ 'ਚ ਲੋਕ ਨੌਕਰੀਆਂ ਲਈ ਭਟਕ ਰਹੇ ਨੇ, ਪਰ ਜੇ ਕੋਈ ਨੌਜਵਾਨ ਇੰਜੀਨੀਅਰਿੰਗ ਦੀ ਨੌਕਰੀ ਛੱਡ ਕੇ ਖੇਤੀਬਾੜੀ ਸ਼ੁਰੂ ਕਰ ਦੇਵੇ ਤਾਂ ਇਸ ਨੂੰ ਕੀ ਕਹਾਂਗੇ। ਹਜ਼ਾਰੀਬਾਗ ਦੇ ਅਮਰਨਾਥ ਦਾਸ ਨੇ BIT ਮੇਸਰਾ ਤੋਂ ਸਿਵਲ ਇੰਜੀਨੀਅਰਿੰਗ ਕਰਨ ਤੋਂ ਬਾਅਦ 14 ਸਾਲਾਂ ਲਈ ਨਾਮਵਰ ਕੰਪਨੀਆਂ 'ਚ ਕੰਮ ਕੀਤਾ, ਪਰ ਉਹਨਾਂ ਦਾ ਮਿੱਟੀ ਨਾਲ ਲਗਾਵ ਉਹਨਾਂ ਨੂੰ ਮੁੜ ਪਿੰਡ ਖਿੱਚ ਲਿਆਇਆ। ਇੱਥੇ ਉਹਨਾਂ ਕਿਸਾਨਾਂ ਦੀ ਮਦਦ ਕਰਨ ਦਾ ਸੋਚਿਆ ਅਤੇ ਸੋਇਲ ਲੈਸ ਟੈਕਨੋਲੋਜੀ ਦੇ ਆਧਾਰ 'ਤੇ ਇੱਕ ਪੋਲੀ ਹਾਊਸ ਬਣਾਇਆ। ਬੇਸਿਕਲੀ ਮੈਂ ਸਿਵਲ ਇੰਜੀਨੀਅਰ ਹਾਂ, ਮੈਂ BIT ਮਿਸ਼ਰਾ ਸੇ ਕੀਆ ਹੈ ਔਰ ਯਹਾਂ ਪਰ ਮੈਨੇ ਸੰਜੀਵੀਆ ਹਜ਼ਾਰੀਬਾਗ ਸੇ ਪਾਸ ਕਾ ਹੂੰ। ਸੋਇਲ ਲੈਸ ਟੈਕਨੋਲੋਜੀ ਪੇ ਪੋਲੀ ਹਾਊਸ ਕਾ ਪ੍ਰੋਜੈਕਟ ਹੈ, ਜਿਸ ਕੇ ਅੰਦਰ ਮੈਂ ਹਮ ਲੋਗ ਵਿਦਾਊਟ ਐਨੀ ਸੋਇਲ ਹਮ ਲੋਗ ਸੀਡਸ ਕੋ ਸੀਡਲਿੰਗ ਮੇ ਕਰਕੇ ਫਾਰਮਰਸ ਕੋ ਦੇਤੇ ਹੈ। ਅਮਰਨਾਥ ਨੇ ਮਿੱਟੀ ਦੀ ਬਜਾਏ ਕੋਕੋ ਪੇਟ ਦੀ ਵਰਤੋਂ ਕੀਤੀ, ਜਿਸ ਕਾਰਨ 90% ਤੋਂ ਵੱਧ ਬੀਜ ਪੌਦੇ ਵਿੱਚ ਬਦਲਣਾ ਸ਼ੁਰੂ ਹੋਣ ਲੱਗੇ। ਇਸ ਟੈਕਨੋਲੋਜੀ ਦੇ ਕਾਰਨ ਪੌਦਾ ਵਾਇਰਸ ਅਤੇ ਬੈਕਟੀਰੀਆ ਮੁਕਤ ਰਹਿੰਦਾ ਹੈ, ਜੋ ਕਿ ਕਿਸਾਨਾਂ ਨੂੰ ਵਧੀਆ ਝਾੜ ਦਿੰਦਾ ਹੈ। ਖੇਤੀ ਕਰਦਾ ਥਾ ਆਪਣੇ ਜ਼ਮੀਨ ਪੇ ਲਗਾ ਵਿਛੜਾ ਬਣਾ ਕਰਕੇ ਵਿਛੜਾ ਕੋ ਗਾਛੀ ਕੋ ਤਿਆਰ ਕਰਤਾ ਥਾ, ਲੇਕਿਨ ਉਸਮੇਂ ਦੇਖਤੇ ਥੇ ਕਿ 50% ਜਨਰੇਸ਼ਨ ਹੋਤਾ ਥਾ, ਲਗਾਨੇ ਕੇ ਬਾਅਦ ਵੀ 20% ਨੁਕਸਾਨ ਹੋ ਜਾਤਾ ਥਾ, ਜਿਸਸੇ ਹਮ ਲੋਗ ਆਪਣੇ ਆਪ ਮੇਂ ਅਗਲੇ ਬਗਲ ਮੇਂ ਦੇਖੇ ਕਿ ਨਏ ਸੋ ਪੋਲੀ ਹਾਊਸ ਮੇਂ ਜਬ ਵਿਛੜਾ ਤਿਆਰ ਕੀਆ ਜਾਤਾ ਹੈ ਤਾਂ ਵਹਾਂ ਕੇ ਜੋ ਵਿਛੜਾ ਹੈ ਸੋ 90% ਜਨਰੇਸ਼ਨ ਹੋਤਾ ਹੈ ਔਰ ਪਲੱਸ ਲਗਾਨੇ ਮੇਂ 85% ਗਾਛ ਸੁਰੱਖਿਅਤ ਹੋ ਜਾਤਾ ਹੈ। ਯੂ ਟਰਨ ਇਹ ਥਾ ਕਿ ਯਹਾਂ ਪਰ ਦੇਖਾ ਮੈਨੇ ਕਿ ਇਸ ਚੀਜ਼ ਕੇ ਲੀਏ ਪੋਟੈਂਸ਼ੀਅਲ ਹੈ ਤਾਂ ਕਿ ਮੈਂ ਕਿਸੇ ਤਰੀਕੇ ਸੇ ਫਾਰਮਰਸ ਕੋ ਹੈਲਪ ਕਰ ਸਕੂੰ, ਕਿਉਂਕਿ ਇਹ ਟੈਕਨੋਲੋਜੀ ਮੈਨੇ ਵਹਾਂ ਪਰ ਦੇਖਾ ਥਾ ਕਿ ਲੋਕ ਦਿੱਲੀ ਹਰਿਆਣਾ ਸਾਈਡ ਮੇਂ ਬਹੁਤ ਜ਼ਿਆਦਾ ਯੂਜ਼ ਕਰਤੇ ਹੈ ਔਰ ਅਗਰ ਉਸ ਟੈਕਨੋਲੋਜੀ ਕੋ ਹਮ ਯਹਾਂ ਪਰ ਯੂਜ਼ ਕਰ ਔਰ ਹਮਾਰੇ ਫਾਰਮਰਸ ਯਹਾਂ ਪਰ ਉਸਸੇ ਹੈਲਪ ਮਿਲੇ ਤੋ ਹਮ ਦੋਨੋਂ ਕਾ ਹੀ ਠੀਕ ਹੈ ਕਿ ਹਮਾਰਾ ਵੀ ਬਿਜ਼ਨਸ ਆਪਣਾ ਚਲੇਗਾ ਔਰ ਉਨਕੇ ਲਈ ਵੀ ਫਾਇਦਾ ਹੈ। ਇਸ ਪਹਿਲਕਦਮੀ ਨਾਲ ਅਮਰਨਾਥ ਹਰ ਮਹੀਨੇ 75,000 ਰੁਪਏ ਕਮਾ ਰਹੇ ਨੇ ਅਤੇ ਇਸ ਦਾ ਲਾਭ ਕਿਸਾਨਾਂ ਨੂੰ ਵੀ ਮਿਲ ਰਿਹਾ। ਇੱਥੋਂ ਦੇ ਮੁਖੀ ਦਾ ਕਹਿਣਾ ਹੈ ਕਿ ਅਜਿਹਾ ਪਹਿਲੀ ਵਾਰ ਹੋਇਆ ਕਿ ਇੱਕ ਇੰਜੀਨੀਅਰ ਆਪਣੀ ਨੌਕਰੀ ਛੱਡ ਕੇ ਨਵੀਂ ਤਕਨੀਕ ਨਾਲ ਕਿਸਾਨਾਂ ਦੀ ਮਦਦ ਕਰ ਰਿਹਾ। ਕਿਉਂਕਿ ਇੰਜੀਨੀਅਰ ਕਾ ਸੋਚ ਹੀ ਹੋਤਾ ਹੈ ਕਿ ਉਹ ਦੂਸਰੇ ਟਾਈਪ ਕਾ ਉਹ ਅਲੱਗ ਟਾਈਪ ਕਾ ਵਰਕ ਕਰਤੇ ਹੈ, ਅਲੱਗ ਟਾਈਪ ਕਾ ਇਹ ਹੋਤਾ ਹੈ, ਲੇਕਿਨ ਕ੍ਰਿਸ਼ੀ ਖੇਤਰ ਮੇਂ ਆ ਕਰਕੇ ਹਮ ਇਨਕੋ ਬਹੁਤ ਜ਼ਿਆਦਾ ਸਪੋਰਟ ਇਸੀ ਲਈ ਕਰ ਰਹੇ ਹੈ, ਬਹੁਤ ਇਨਕੋ ਇਹ ਕਰ ਰਹੇ ਹੈ ਕਿ ਤਾਂ ਕਿ ਇਹ ਭਵਿੱਖ ਮੇਂ ਹਮਾਰੇ ਖੇਤਰ ਕੇ ਲੋਕੋਂ ਕੋ ਇਹ ਬਹੁਤ ਬੜਾ ਪ੍ਰੋਤਸਾਹਨ ਕਾ ਇਹ ਬਣ ਰਹੇ ਹੈ। ਪੋਲੀ ਹਾਊਸ ਲੱਗ ਜਾਣੇ ਕੇ ਬਾਅਦ ਕਿਸਾਨੋਂ ਕੋ ਇੱਕ ਆਸਾ ਹੋ ਗਿਆ ਹੈ ਕਿ ਜੋ ਵੀ ਪੌਦੇ ਕਾ ਜ਼ਰੂਰਤ ਹੋਤਾ ਹੈ ਉਹ ਐਡਵਾਂਸ ਕੇ ਰੂਪ ਮੇਂ ਯਹਾਂ ਬੋਲ ਦੇਤੇ ਹੈ ਔਰ ਕਿਸਾਨ ਆਪਣਾ ਪੌਦਾ ਲੈ ਜਾ ਕੇ ਲਗਾ ਲੇਤੇ ਹੈ। ਨੌਕਰੀ ਦੀ ਭਾਲ 'ਚ ਇੱਧਰ ਉੱਧਰ ਭਟਕ ਰਹੇ ਨੌਜਵਾਨਾਂ ਨੂੰ ਅਮਰਨਾਥ ਤੋਂ ਪ੍ਰੇਰਣਾ ਲੈਣ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਵੀ ਇਸ ਤਕਨੀਕ ਦਾ ਅਧਿਐਨ ਕਰਨਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਲਾਭ ਪਹੁੰਚਾਉਣ ਲਈ ਇੱਕ ਪ੍ਰਭਾਵਸ਼ਾਲੀ ਯਤਨ ਕਰਨਾ ਚਾਹੀਦਾ ਹੈ। ETV ਭਾਰਤ ਵੀ ਅਮਰਨਾਥ ਨੂੰ ਉਹਨਾਂ ਦੇ ਸੁਪਨਿਆਂ ਲਈ ਸ਼ੁਭਕਾਮਨਾਵਾਂ ਦਿੰਦਾ ਹੈ। ਬਿਊਰੋ ਰਿਪੋਰਟ, ETV ਭਾਰਤ। To watch 24/7 News Live, download ETV Bharat app.